ਦੇਖੋ ਪ੍ਰਾਇਰਟੀਜ਼ ਤਾਂ ਇੱਕ ਤਾਂ ਤੁਹਾਨੂੰ ਪਤਾ ਹੈ ਕਿ 2018 ਦੇ ਵਿੱਚ ਅਸੀਂ ਸਿੱਖ ਮੈਰਿਜ ਰਜਿਸਟ੍ਰੇਸ਼ਨ ਐਕਟ ਅਸੀਂ ਪਾਸ ਕੀਤਾ ਸੀ, ਜਿਹੜਾ ਹਜੇ ਤੀਕਰ ਉਸਦੀ ਇੰਪਲੀਮੈਂਟੇਸ਼ਨ ਅਨਫੋਰਚੂਨੇਟਲੀ ਨਹੀਂ ਹੋ ਸਕੀ ਬਿਕੋਜ਼ ਆਫ ਜਿਹੜੀ ਪਿਛਲੀ ਪੋਲੀਟੀਕਲ ਗਵਰਨਮੈਂਟ ਸੀ, ਉਹਨੂੰ ਜਿਸ ਤਰੀਕੇ ਨਾਲ ਉਹਨੂੰ ਇੰਪਲੀਮੈਂਟ ਕਰਨਾ ਚਾਹੀਦਾ ਸੀ ਨਹੀਂ ਕੀਤਾ। ਸੋ ਮੇਰੀ ਫਸਟ ਪ੍ਰਾਇਰਟੀ ਤਾਂ ਇਹ ਹੋਏਗੀ ਕਿ ਅਸੀਂ ਉਸ ਸਿੱਖ ਮੈਰਿਜ ਐਕਟ ਦੇ ਰੂਲਸ ਆਫ ਬਿਜ਼ਨਸ ਬਣਾ ਕੇ ਉਹਨੂੰ ਐਟ ਅਰਲੀਐਸਟ ਅਸੀਂ ਉਸ ਤੋਂ ਇੰਪਲੀਮੈਂਟ ਕਰੀਏ। ਦੂਸਰਾ ਜਿਹੜਾ ਮੈਨੀਫੈਸਟੋ ਹੈ, ਉਸ ਮੈਨੀਫੈਸਟੋ ਦੇ ਵਿੱਚ ਸਾਡੇ 5% ਜੋਬ ਕੋਟਾ ਹੈ ਤਾਂ ਕਿ ਜਿਹੜੀ ਘੱਟ ਗਿਣਤੀਆਂ ਦੇ ਲੋਕ ਹਨ ਉਹਨਾਂ ਘੱਟ ਗਿਣਤੀਆਂ ਦੇ ਲੋਕਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਲਾਈਵਲੀਹੁੱਡ ਰੋਜ਼ਗਾਰ ਦਿੱਤਾ ਜਾਵੇ ਤਾਂ ਕਿ ਉਹਨਾਂ ਦੀ ਜਿਹੜੀ ਵਲਨਰੇਬਿਲਿਟੀ, ਉਸ ਵਲਨਰੇਬਿਲਿਟੀ ਨੂੰ ਐਡਰੈਸ ਕੀਤਾ ਜਾਵੇ, ਜਿਹੜਾ ਉਹਨਾਂ 'ਚ ਅਹਿਸਾਸੇ ਮਹਿਰੂਮੀ ਜਾਂ ਅਹਿਸਾਸੇ ਕਮਤਰੀ ਆ ਉਸਨੂੰ ਖਤਮ ਕੀਤਾ ਜਾਵੇ ਤਾਂ ਕਿ ਆਪਣੇ ਉਹ ਜਿਹੜੇ ਕਮਾਈ ਦੇ ਸਾਧਨ ਨੇ ਉਹਨਾਂ ਦੇ ਐਸੇ ਹੋਣ ਕਿ ਉਹ ਆਪਣੀ ਕਮਾਈ ਦੇ ਸਾਧਨ ਦੇ ਜ਼ਰੀਏ ਆਪਣੇ ਬੱਚਿਆਂ ਨੂੰ ਪਾਲ ਸਕਣ, ਉਹਨਾਂ ਨੂੰ ਵਿੱਦਿਆ ਦੇ ਸਕਣ। ਫਿਰ ਤੀਸਰਾ, ਅਸੀਂ ਜਿਹੜਾ ਇੱਕ ਕੰਮ ਕੀਤਾ ਹੈ ਕਿ 2% ਹਰ ਐਜੂਕੇਸ਼ਨ ਇੰਸਟੀਟਿਊਟ 'ਚ ਅਸੀਂ ਕੋਟਾ ਰੱਖਿਆ ਹੈ, ਕਿਉਂਕਿ ਬਹੁਤ ਸਾਰੀ ਘੱਟ ਗਿਣਤੀਆਂ ਦੀ ਸ਼ਿਕਾਇਤ ਹੈ ਕਿ ਸਾਨੂੰ ਇਕੁਅਲ ਅਪਰਚੁਨਿਟੀਜ਼ ਨਹੀਂ ਨੇ, ਇਸ ਵਾਸਤੇ ਅਸੀਂ ਪਿੱਛੇ ਰਹਿ ਗਏ। ਸੋ ਪਾਕਿਸਤਾਨ ਦੇ ਕੌਨਸਟੀਟਿਊਸ਼ਨ ਦੀ ਧਾਰਾ ਹੈ ਕਿ ਪਾਕਿਸਤਾਨ 'ਚ ਵਸਣ ਵਾਲੇ ਸਾਰੇ ਵਸਨੀਕ ਬਰਾਬਰ ਦੇ ਸ਼ਹਿਰੀ ਨੇ, ਕਿਸੇ ਨੂੰ ਕਿਸੇ 'ਤੇ ਕੋਈ ਅਰਬ ਜਿਹਨੂੰ ਕਹਿੰਦੇ ਨਾ, ਇਹ ਨਹੀਂ ਕਿ ਉਹ ਕਿਸੇ ਤੋਂ ਕੰਮ ਧਾਰੇ ਜਾਂ ਕੋਈ ਕਿਸੇ ਤੋਂ ਬਾਲਾ ਤਾਰੇ। ਸੋ ਅਸੀਂ ਇਸੇ ਤਰੀਕੇ ਨਾਲ ਇਹ ਜਿਹੜਾ 2% ਅਸੀਂ ਕੋਟਾ ਰੱਖ ਰਹੇ ਐਜੂਕੇਸ਼ਨ ਇੰਸਟੀਟਿਊਟ 'ਚ, ਜਿੱਥੇ ਕ੍ਰਿਸ਼ਚਨ ਕਮਿਊਨਿਟੀ, ਸਿੱਖ ਕਮਿਊਨਿਟੀ ਜਾਂ ਹਿੰਦੂ ਕਮਿਊਨਿਟੀ ਜਾਂ ਹੋਰ ਘੱਟ ਗਿਣਤੀ ਦੇ ਲੋਕ ਸਮਝਦੇ ਨੇ ਕਿ ਉਹਨਾਂ ਨੂੰ ਇਕੁਅਲ ਅਪਰਚੁਨਿਟੀ ਨਹੀਂ ਮਿਲੀ, ਸੋ ਇਸ 2% ਕੋਟਾ ਦੇ ਜ਼ਰੀਏ ਉਹਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਇਨਰੋਲ ਕਰਕੇ ਅਸੀਂ ਤਾਲੀਮ ਦੇ ਮੈਦਾਨ 'ਚ ਅੱਗੇ ਲੈ ਕੇ ਗਏ। ਤੀਸਰਾ ਜਿਹੜਾ ਬੜਾ ਇੰਪੋਰਟੈਂਟ ਹੈ, ਅਸੀਂ ਪਾਕਿਸਤਾਨ ਦੇ ਵਿੱਚ ਕੋ ਐਗਜ਼ਿਸਟੈਂਸ ਨੂੰ ਫਰੋਗ ਦੇ ਰਹੇ ਹਾਂ, ਉਹਦੇ ਵਾਸਤੇ ਅਸੀਂ ਇੰਟਰਫੇਸ ਜਿਹੜੀ ਪੋਲਿਸੀ, ਉਸ ਪੋਲਿਸੀ ਨੂੰ ਅਸੀਂ ਕੋਸ਼ਿਸ਼ ਕਰਾਂਗੇ ਜਿੰਨੀ ਜਲਦੀ ਹੋ ਸਕਦਾ ਉਸ ਪੋਲਿਸੀ ਨੂੰ ਅਸੀਂ ਪਾਸ ਕਰਾ ਕੇ ਉਹਨੂੰ ਲਾਗੂ ਕਰੀਏ ਤਾਂ ਕਿ ਜਦੋਂ ਪਾਕਿਸਤਾਨ ਦੇ ਵਿੱਚ ਕੋ ਐਗਜ਼ਿਸਟੈਂਸ ਹੋਏਗੀ, ਪਾਕਿਸਤਾਨ ਦੇ ਵਿੱਚ ਮੁਖਤਲਿਫ ਧਰਮਾਂ ਦੇ ਜਿਹੜੇ ਲੋਕ ਰਹਿੰਦੇ ਨੇ ਉਹਨਾਂ ਦੇ ਆਪਸ ਸਾਂਝ ਹੋਏਗੀ, ਜਿਹੜੀ ਉਹਨਾਂ ਦੀ ਇੱਕ ਦੂਜੇ ਦੀ ਜਿਹੜੀ ਐਕਸੈਪਟੈਂਸ ਹੋਏਗੀ, ਰਿਸਪੈਕਟ ਹੋਏਗਾ, ਤਾਂ ਉਹਦੇ ਨਾਲ ਸਾਡਾ ਮੁਲਕ ਵੀ ਤਰੱਕੀ ਕਰੇਗਾ। ਔਰ ਜਿਹੜੀ ਪਾਕਿਸਤਾਨ ਦੀ ਇੰਟਰਨੈਸ਼ਨਲ ਪੱਧਰ 'ਤੇ ਇੱਕ ਪਾਕਿਸਤਾਨ ਨੂੰ ਸਿੰਗਲ ਆਊਟ ਕੀਤਾ ਜਾਂਦਾ, ਆਈਸੋਲੇਟ ਕੀਤਾ ਜਾਂਦਾ ਹੈ, ਉਹ ਵੀ ਐਡਰੈਸ ਹੋਏਗਾ ਕਿ ਪਾਕਿਸਤਾਨ ਦੇ ਜਿਹੜੇ ਕਾਨੂੰਨ ਨੇ ਜਾਂ ਪਾਕਿਸਤਾਨ ਦੇ ਜਿਹੜਾ ਕੌਨਸਟੀਟਿਊਸ਼ਨ ਹੈ ਜਾਂ ਪਾਕਿਸਤਾਨ ਦੀ ਜਿਹੜੀ ਰਿਆਸਤ ਹੈ, ਉਹ ਪਾਕਿਸਤਾਨ ਦੇ ਸਾਰੇ ਸ਼ਹਿਰੀਆਂ ਨੂੰ ਬਰਾਬਰ ਦਾ ਦਰਜਾ ਦਿੰਦੀ। ਦੇਖੋ ਗੱਲ ਇਸ ਤਰ੍ਹਾਂ ਕਿ ਪਾਕਿਸਤਾਨ ਦੇ ਵਿੱਚ ਅਰਾਊਂਡ 200 ਦੇ ਕਰੀਬ ਐਸੇ ਗੁਰਦੁਆਰੇ ਨੇ ਜਿਨ੍ਹਾਂ ਦੀ ਇੱਕ ਹਿਸਟੋਰੀਕਲ ਸਿਗਨੀਫਿਕੈਂਸ ਨੇ, ਜਿਹੜੇ ਗੁਰੂ ਸਾਹਿਬਾਨ ਦੇ ਸ਼ੋਅ ਪ੍ਰਾਪਤ ਨੇ। ਔਰ ਇੱਕ ਇਹ ਵੀ ਚੀਜ਼ ਹੈ ਕਿ ਜਿਹੜੇ ਗੁਰਧਾਮ ਇਸ ਟਾਈਮ ਓਪਰੇਸ਼ਨਲ ਨੇ, ਆਲਮੋਸਟ 24 ਤੋਂ 25 ਗੁਰਧਾਮ ਐਸੇ ਨੇ ਜਿਹੜੇ ਓਪਰੇਸ਼ਨਲ ਨੇ। ਔਰ ਤੁਸੀਂ ਜਿਸ ਤਰ੍ਹਾਂ ਗੱਲ ਕਰ ਰਹੇ ਸੋ, 99 ਤੋਂ ਪਹਿਲੇ ਇਹ ਸਾਰੇ ਗੁਰਧਾਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇਖਦੀ ਸੀ। ਔਰ ਬਦਕਿਸਮਤੀ ਦੇ ਨਾਲ ਮੈਂ ਕਿਸੇ ਨੂੰ ਇੱਥੇ ਨਾ ਤਾਂ ਇਹ ਕਹਿ ਰਿਹਾ ਕਿ ਉਹਨਾਂ ਨੂੰ ਮੈਂ ਕੋਈ ਫਿਗਰ ਆਊਟ ਕਰਨ ਦਾ ਮਕਸਦ ਕਿਸੇ ਦੀ ਤਨਕੀਦ ਕਰਾਂ, ਬਟ ਜਿਹੜੀ ਰਿਐਲਿਟੀ ਉਹ ਤੁਹਾਡੇ ਸਾਹਮਣੇ ਵੇ ਕਿ 99 ਤੋਂ ਪਹਿਲੇ ਜਿਹੜੇ ਗੁਰਧਾਮ ਪਾਕਿਸਤਾਨ ਦੇ ਸਨ, ਉਹਨਾਂ ਦੀ ਹਾਲਤ ਔਰ ਅੱਜ ਦੀ ਹਾਲਤ ਜ਼ਮੀਨ ਆਸਮਾਨ ਦਾ ਫਰਕ ਹੈ। ਉਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿੰਨੇ ਫੰਡ ਸੀ ਉਹ ਲੈ ਜਾਂਦੇ ਸਨ, ਔਰ ਪਾਕਿਸਤਾਨ ਦੇ ਵਿੱਚ ਕਿਸੇ ਗੁਰਧਾਮ 'ਤੇ ਇੱਕ ਪੈਨੀ ਨਹੀਂ ਸੀ ਲੱਗਦੀ, ਔਰ ਉਸ ਵਕਤ 6 ਗੁਰਦੁਆਰੇ ਓਪਰੇਸ਼ਨਲ ਸਨ। ਔਰ ਇਸ ਵਕਤ ਜਿਸ ਤਰ੍ਹਾਂ ਮੈਂ ਤੁਹਾਡਾ ਗੱਲ ਕਰ ਰਿਹਾ, 25 ਗੁਰਦੁਆਰੇ ਇਸ ਵਿੱਚ ਓਪਰੇਸ਼ਨਲ ਨੇ। ਸੋ ਬੀਇੰਗ ਅ ਪ੍ਰਧਾਨ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਮੇਰਾ ਫੋਕਸ ਹੋਏਗਾ ਕਿ ਇਸ ਸਾਲ ਅਸੀਂ ਹੋਰ ਜਿਹੜੇ ਗੁਰਦੁਆਰੇ, ਖਾਸ ਕਰ ਜਿੱਥੇ ਸਾਡੀ ਸਿੱਖ ਕਮਿਊਨਿਟੀ ਵਸਦੀ ਹੈ, ਔਰ ਅਗਰ ਉੱਥੇ ਗੁਰਦੁਆਰੇ ਮੌਜੂਦ ਨੇ ਪੁਰਾਣੇ ਗੁਰਦੁਆਰਾ ਸਾਹਿਬਾਨ, ਤਾਂ ਅਸੀਂ ਉਹਨਾਂ ਦੀ ਕੰਜ਼ਰਵੇਸ਼ਨ ਅਤੇ ਪ੍ਰੈਜ਼ਰਵੇਸ਼ਨ ਅਤੇ ਰੈਸਟੋਰੇਸ਼ਨ 'ਤੇ ਕੰਮ ਕਰੀਏ। ਔਰ ਇਸ ਦਾ ਮੇਰਾ ਖਾਸ ਦਿਲਚਸਪੀ ਮੇਰੀ ਤਾਂ ਹੋਏਗੀ ਹੋਏਗੀ, ਬਟ ਸੰਗਤ ਨੂੰ ਵੀ ਅਸੀਂ ਨਾਲ ਲੈ ਕੇ ਅਸੀਂ ਇਹਨਾਂ ਗੁਰਦੁਆਰਿਆਂ 'ਚੋਂ ਕੋਸ਼ਿਸ਼ ਕਰਾਂਗੇ 3 ਤੋਂ 4 ਗੁਰਦੁਆਰੇ ਅਸੀਂ ਇਮੀਡੀਏਟਲੀ ਜਿੱਥੇ ਸੰਗਤ ਮੌਜੂਦ ਹੈ ਅਸੀਂ ਉਹਨਾਂ ਦੀ ਰੈਨੋਵੇਸ਼ਨ ਅਤੇ ਰੈਸਟੋਰੇਸ਼ਨ 'ਤੇ ਕੰਮ ਕਰੀਏ। ਬਟ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਬਾਕੀ ਨਹੀਂ ਕਰਾਂਗੇ, ਗ੍ਰੈਜੂਅਲੀ ਵਿਦ ਦ ਪੈਸੇਜ ਆਫ ਟਾਈਮ ਜਿਹੜੀ ਸਾਡੀਆਂ ਸੰਗਤਾਂ ਮੌਜੂਦ ਨੇ ਜਿਹੜੇ ਸੇਵਾ ਕਰਨਾ ਚਾਹੁੰਦੇ ਨੇ ਦੁਨੀਆ ਭਰ ਦੇ ਵੱਖ ਵੱਖ ਕੋਨੇ ਸਿੱਖ ਸੰਗਤਾਂ ਬੈਠੀਆਂ, ਅਸੀਂ ਉਹਨਾਂ ਦੇ ਨਾਲ ਮਿਲ ਕੇ ਮੁਸ਼ਾਵਰਤ ਕਰਕੇ ਅਸੀਂ ਇਹਨਾਂ ਗੁਰਦੁਆਰੇ ਦੀ ਸੇਵਾ ਸੰਭਾਲ ਵਾਸਤੇ ਇਹਨਾਂ 'ਤੇ ਕੰਮ ਕਰਾਂਗੇ ਜੀ। ਦੇਖੋ ਭਾਈ ਸਾਹਿਬ ਜੀ, ਮੈਂ ਜਦੋਂ ਅੰਬੈਸਡਰ ਲਾਰਜ ਬਣਿਆ ਤਾਂ ਮੈਂ ਉਸ ਵਕਤ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਇਹ ਪ੍ਰਪੋਜ਼ਲ ਦਿੱਤੀ ਸੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ। ਇਹਦੇ 'ਚ ਇਹ ਵੀ ਪ੍ਰਪੋਜ਼ਲ ਸਨ, ਕੁਛ ਹੋਰ ਵੀ ਪ੍ਰਪੋਜ਼ਲ ਸਨ ਕਿ ਅਸੀਂ ਕਿਸ ਤਰੀਕੇ ਨਾਲ ਸੰਗਤ ਨੂੰ ਜ਼ਿਆਦਾ ਤੋਂ ਜ਼ਿਆਦਾ ਕਰਤਾਰਪੁਰ ਸਾਹਿਬ ਲੈ ਕੇ ਆਈਏ। ਦੇਖੋ, ਕਰਤਾਰਪੁਰ ਸਾਹਿਬ ਬਣਾਉਣ ਦਾ ਮਕਸਦ ਸਿਰਫ ਇੱਕ ਬਿਲਡਿੰਗ ਬਣਾਉਣਾ ਨਹੀਂ ਸੀ, ਕਰਤਾਰਪੁਰ ਸਾਹਿਬ ਬਣਾਉਣ ਦੇ ਪਿੱਛੇ ਇੱਕ ਸੋਚ ਸੀ। ਸੋ ਗੁਰੂ ਨਾਨਕ ਪਾਤਸ਼ਾਹ ਨੇ ਅਰਦਾਸ ਪ੍ਰਵਾਨ ਕੀਤੀ ਔਰ 74 ਸਾਲ ਬਾਅਦ ਉਹ ਲਾਂਘਾ ਖੁੱਲ੍ਹਿਆ, ਲੇਕਿਨ ਲਾਂਘਾ ਖੁੱਲ੍ਹਣ ਤੋਂ ਬਾਅਦ ਜਿਹੜੀ ਐਕਸਪੈਕਟੇਸ਼ਨ ਸੀ ਉਹਨੇ ਥੋੜ੍ਹਾ ਜਿਹਾ ਮਾਯੂਸ ਕੀਤਾ ਕਿ ਅਸੀਂ ਤਾਂ ਕਹਿ ਰਹੇ ਸਾਂ ਕਿ 5000 ਬੰਦੇ ਵਾਸਤੇ ਅਸੀਂ ਅਰੇਂਜ ਕੀਤਾ, ਲੰਗਰ ਹਾਲ ਕੀਤਾ, 5000 ਬੰਦੇ ਵਾਸਤੇ ਉਹਨਾਂ ਦੀ ਲੁੱਕ ਆਫਟਰ ਕਰਨ ਵਾਸਤੇ ਪੂਰੇ ਅਰੇਂਜਮੈਂਟਸ ਕੀਤੇ, ਉਹਨਾਂ ਦੀ ਰਿਹਾਇਸ਼ ਵਾਸਤੇ ਕੀਤੇ, ਉਹਨਾਂ ਵਾਸਤੇ ਮੈਡੀਕਲ ਸੈਂਟਰ ਬਣਾਇਆ, ਸਾਰਾ ਜੋ ਇੱਕ ਹੈ ਉਹਨਾਂ ਵਾਸਤੇ ਤੁਸੀਂ ਦੇਖਿਆ ਕਿ ਸਟੇਟ ਆਫ ਦਾ ਆਰਟ
ਉੱਥੇ ਅਸੀਂ ਉਹਨਾਂ ਦਾ ਇਮੀਗ੍ਰੇਸ਼ਨ ਕਾਊਂਟਰ ਬਣਾਇਆ ਔਰ ਉੱਥੇ 5000 ਬੰਦਿਆਂ ਦੀ ਲੁੱਕ ਆਫਟਰ ਕਰਨ ਵਾਸਤੇ ਪੂਰੇ ਅਰੇਂਜਮੈਂਟਸ ਕੀਤੇ। ਬਟ ਸੰਗਤ ਜਿਸ ਤਰੀਕੇ ਨਾਲ ਉਹਦੀ ਫਿਗਰ ਹੋਣੀ ਚਾਹੀਦੀ ਸੀ ਉਹ ਉਸ ਤਰੀਕੇ ਨਾਲ ਸੰਗਤ ਆ ਨਹੀਂ ਰਹੀ। ਸੋ ਇਹ ਪ੍ਰਪੋਜ਼ਲਸ ਦਿੱਤੀਆਂ ਪ੍ਰਾਈਮ ਮਿਨਿਸਟਰ ਸਾਹਿਬ ਨੂੰ, ਉਹਨਾਂ ਨੇ ਐਕਸੈਪਟ ਵੀ ਕੀਤਾ। ਬਟ ਇੱਕ ਜਿਹੜੀ ਚੀਜ਼ ਬੜੀ ਇੰਪੋਰਟੈਂਟ ਹੈ, ਕੁਝ ਐਸੇ ਵਿਸ਼ੇ ਨੇ ਜਿਸ ਤਰ੍ਹਾਂ ਤੁਸੀਂ ਹਾਈਲਾਈਟ ਕਰ ਰਹੇ ਹੋ, ਜਿੱਥੇ ਦੋਵਾਂ ਕੰਟਰੀਆਂ ਦੇ ਫੋਰਨ ਆਫਿਸ ਬੈਠਣਗੇ, ਦੋਵਾਂ ਕੰਟਰੀਆਂ ਦੇ ਜਦੋਂ ਆਫੀਸ਼ੀਅਲਸ ਬੈਠਣਗੇ, ਮਿਲ ਕੇ ਆਪਸ 'ਚ ਇੱਕ ਦੂਸਰੇ ਨਾਲ ਵਿਚਾਰ ਵਟਾਂਦਰਾ ਕਰਨਗੇ, ਉਦੋਂ ਤਾਂ ਹੱਲ ਨਿਕਲੇਗਾ। ਇਸ ਵਕਤ ਤਾਂ ਸਿਚੁਏਸ਼ਨ ਇਹ ਕਿ ਦੋਵੇਂ ਕੰਟਰੀ ਇੱਕ ਦੂਸਰੇ ਨਾਲ ਗੱਲਬਾਤ ਹੀ ਨਹੀਂ ਕਰ ਰਹੇ। ਦੇਖੋ, ਇਹ ਪਾਕਿਸਤਾਨ ਨੇ ਤਾਂ ਹਮੇਸ਼ਾ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਸਾਡੇ ਜਿੰਨੇ ਗੁਆਂਢੀ ਦੇਸ਼ ਨੇ ਸਾਡੇ ਗੁਆਂਢੀ ਦੇਸ਼ ਦੇ ਨਾਲ ਸਾਡੇ ਤਾਲੁਕਾਤ ਬਿਹਤਰ ਹੋਣ, ਤਾਂ ਕਿ ਜੋ ਤਾਲੁਕਾਤ ਬਿਹਤਰ ਹੋਣਗੇ ਅਤੇ ਜਿਹੜੇ ਅਸੀਂ ਰਿਸੋਰਸਿਸ ਆਪਣੇ ਡਿਫੈਂਸ 'ਤੇ ਲਾਉਂਦੇ ਹਾਂ, ਜਿਹੜੇ ਰਿਸੋਰਸਿਸ ਅਸੀਂ ਗੋਲੀਆਂ ਬਰੂਦ 'ਤੇ ਲਾਉਂਦੇ ਹਾਂ, ਉਹ ਰਿਸੋਰਸਿਸ ਅਸੀਂ ਪਾਕਿਸਤਾਨ ਔਰ ਇੰਡੀਆ ਦੇ ਵਿੱਚ ਉਹ ਲੋਕ ਜਿਹੜੇ ਗੁਰਬਤ ਦੀ ਸਤ੍ਹਾ ਤੋਂ ਥੱਲੇ ਨੇ, ਜਿਹੜੇ ਪਾਵਰਟੀ ਲਾਈਨ ਤੋਂ ਥੱਲੇ ਨੇ, ਜਿਹੜੇ ਇਸ ਵਕਤ ਗਰੀਬ ਨੇ, ਜਿਹੜੇ ਵਿਚਾਰੇ ਆਪਣੇ ਬੱਚਿਆਂ ਨੂੰ ਤਾਲੀਮ ਨਹੀਂ ਦਿਲਵਾ ਸਕਦੇ, ਜਿਨ੍ਹਾਂ ਕੋਲ ਇੱਕ ਕਮਰੇ ਦਾ ਘਰ ਨਹੀਂ ਹੈ, ਜਿਨ੍ਹਾਂ ਦੇ ਘਰ 'ਚ ਵਾਸ਼ਰੂਮ ਨਹੀਂ ਹੈ, ਜਿਨ੍ਹਾਂ ਦੇ ਘਰ 'ਚ ਰੋਟੀ ਨਹੀਂ ਹੈ। ਸੋ ਐਟਲੀਸਟ ਜਦੋਂ ਅਸੀਂ ਆਪਣੇ ਰਿਸੋਰਸਿਸ ਡਾਈਵਰਟ ਕਰਾਂਗੇ ਟੂਵਰਡਸ ਦ ਪਾਵਰਟੀ ਐਲੀਵੀਏਸ਼ਨ ਔਰ ਅਸੀਂ ਲੋਕਾਂ ਨੂੰ ਅਪਲਿਫਟ ਕਰਾਂਗੇ, ਉਹਨਾਂ ਨੂੰ ਸੋਸ਼ਲ ਪ੍ਰੋਟੈਕਸ਼ਨ ਦੇਵਾਂਗੇ, ਤਾਂ ਸਰਟਨਲੀ ਤੁਹਾਡੀ ਜਿਹੜਾ ਹਿਊਮਨ ਕੈਪੀਟਲ ਹੈ ਉਹ ਵੀ ਬਿਹਤਰ ਹੋਏਗਾ। ਸੋ ਮੈਂ ਸਮਝਦਾ ਇਹਦੇ ਵਾਸਤੇ ਇੱਕ ਸੀਰੀਅਸ ਐਫਰਟ ਦੀ ਲੋੜ, ਔਰ ਮੈਂ ਪਾਕਿਸਤਾਨ ਵਾਲੇ ਪਾਸੇ, ਕਿਉਂਕਿ ਮੀਆਂ ਸਾਹਿਬ ਹਮੇਸ਼ਾ ਜਿਹੜੀ ਸਿਆਸਤ ਕਰਦੇ ਨੇ ਜਾਂ ਜਿਹੜੀ ਉਹਨਾਂ ਦੀ ਫੋਰਨ ਪਾਲਿਸੀ ਜਾਂ ਫੋਰਨ ਡਿਪਲੋਮੇਸੀ ਰਹੀ ਹੈ, ਉਹ ਮੀਆਂ ਸਾਹਿਬ ਨੇ ਹਮੇਸ਼ਾ ਇਹੀ ਚਾਹਿਆ ਹੈ, ਮੀਆਂ ਨਵਾਜ਼ ਸ਼ਰੀਫ ਸਾਹਿਬ ਨੇ ਔਰ ਮੀਆਂ ਸ਼ਹਿਬਾਜ਼ ਸ਼ਰੀਫ ਸਾਹਿਬ ਨੇ ਔਰ ਮੈਡਮ ਮਰੀਆ ਵੀ ਉਸੇ ਲੈ ਕੇ ਇਸ ਨੂੰ ਟੋਕ ਕਾਰਨ ਕਿ ਸਾਡੇ ਗੁਆਂਢੀ ਦੇਸ਼ਾਂ ਦੇ ਨਾਲ ਤਾਲੁਕਾਤ ਚੰਗੇ ਹੋਣ। ਲੇਕਿਨ ਉਹਦੇ ਵਿੱਚ ਇੱਕ ਸ਼ਰਤ ਹੈ ਕਿ ਬਰਾਬਰੀ ਦੀ ਸੱਤਾ 'ਤੇ ਕਿਸੇ ਨੂੰ ਨੀਵਾਂ ਦਿਖਾ ਕੇ ਤੁਸੀਂ ਆਪਣੀ ਐਕਸੈਪਟੈਂਸ ਨਹੀਂ ਦਿਖਾ ਸਕਦੇ। ਸੋ ਮੈਂ ਉਮੀਦ ਕਰਦਾ ਕਿ ਜਿਹੜੀ ਮੀਆਂ ਸਾਹਿਬ ਦੇ ਆਉਣ ਤੋਂ ਬਾਅਦ ਇੰਡੀਆ ਦੇ ਪਾਸੇ ਵੀ ਥੋੜ੍ਹੀ ਨਰਮੀ ਆਏਗੀ ਔਰ ਖਾਸ ਕਰ ਜਿਹੜੀ ਵੀਜ਼ਾ ਪੋਲਿਸੀ ਉਸ 'ਤੇ ਵੀ ਨਰਮੀ ਆਏਗੀ, ਤਾਂ ਕਿ ਇਹਨਾਂ ਦੋਵਾਂ ਦੇ ਦੇਸ਼ ਗੁਆਂਢੀ ਮੁਲਕਾਂ ਦੇ ਹਾਲਾਤ ਬਿਹਤਰ ਹੋਣ ਔਰ ਇਸਦਾ ਅਲਟੀਮੇਟ ਫਾਇਦਾ ਦੋਵਾਂ ਮੁਲਕਾਂ ਦੀ ਆਵਾਮ ਨੂੰ ਜਾਏਗਾ ਜੀ। ਦੇਖੋ, ਇਹ ਡਿਫਰੈਂਟ ਪੱਧਰ 'ਤੇ ਕਿਹਾ ਜਾਂਦਾ ਹੈ ਕਿ ਜੀ ਫੋਰਸਫੁਲ ਕਨਵਰਸ਼ਨ ਹੁੰਦੀ, ਤਾਂ ਅਗਰ ਤੁਸੀਂ ਮੇਰੇ ਪਾਰਟੀ ਦਾ ਮੈਨੀਫੈਸਟੋ ਦੇਖੋ ਤਾਂ ਮੇਰੀ ਪਾਰਟੀ ਦੇ ਮੈਨੀਫੈਸਟੋ ਦੇ ਵਿੱਚ ਫੋਰਸ ਕਨਵਰਜ਼ਨ ਇੱਕ ਇਜ਼ ਵਨ ਆਫ ਦਾ ਥਿੰਗ ਜਿਸ 'ਤੇ ਮੇਰੀ ਪਾਰਟੀ ਨੇ ਬਾਕਾਇਦਾ ਤੌਰ 'ਤੇ, ਜਿਸ ਟਾਈਮ ਅਸੀਂ ਮੈਨੀਫੈਸਟੋ ਬਣਾ ਰਹੇ ਸੀ ਆਪਣੀ ਪਾਰਟੀ ਦਾ ਇਲੈਕਸ਼ਨ ਮੈਨੀਫੈਸਟੋ, ਉਹਦੇ 'ਚ ਅਸੀਂ ਇਸ 'ਤੇ ਗੱਲ ਕੀਤੀ ਸੀ ਕਿ ਅਸੀਂ ਕਿਸ ਤਰੀਕੇ ਨਾਲ ਇਸ 'ਤੇ ਲੈਜਿਸਲੇਸ਼ਨ ਕਰਨੀ ਔਰ ਇਸਨੂੰ ਕਿਸ ਤਰੀਕੇ ਨਾਲ ਦੇਖਣਾ। ਮਤਲਬ ਮੈਂ ਇਹ ਤਾਂ ਨਹੀਂ ਕਹਾਂਗਾ ਕਿ ਕੋਈ ਐਸੀ ਫੋਰਸਫੁਲ ਕਨਵਰਸ਼ਨ ਹੋ ਰਹੀ ਹੈ ਕਿ ਜਿਸ 'ਤੇ ਕੰਮ ਨਹੀਂ ਹੋ ਸਕਦਾ, ਕੰਮ ਹੋ ਸਕਦਾ ਹੈ, ਬਟ ਇਹ ਜਿਹੜੀ ਫੋਰਸ ਕਨਵਰਸ਼ਨ ਹੈ ਇਹ ਐਸੀ ਹੈ ਕਿ ਇਹਨੂੰ ਤੁਸੀਂ ਆਈ ਡੋਂਟ ਨੋ ਦੇਖਣ ਦੀ ਲੋੜ ਹੈ ਕਿ ਫੋਰਸ ਕਨਵਰਸ਼ਨ ਅਸੀਂ ਕਹਿੰਦੇ ਕਿਹਨੂੰ ਆ। ਅਗਰ ਇੱਕ ਬੀਬੀ ਆਪਣੀ ਮਰਜ਼ੀ ਨਾਲ ਜਾ ਕੇ ਕਿਸੇ ਮੁੰਡੇ ਨਾਲ ਸ਼ਾਦੀ ਕਰ ਲੈਂਦੀ ਹੈ ਔਰ ਉਹ ਕਹਿੰਦੀ ਮੈਂ ਉਹਨਾਂ ਵਿਆਹ ਕਰਨ ਲੱਗੀ ਹਾਂ, ਵੁੱਡ ਇਟ ਬੀ ਫੋਰਸ ਕਨਵਰਜ਼ਨ ਔਰ ਵਿਲਿੰਗਨੈਸ ਹੋਈ ਇਹਦੇ 'ਚ? ਫਿਰ ਇਸ ਤਰੀਕੇ ਨਾਲ ਬਹੁਤ ਸਾਰੇ ਜਗ੍ਹਾ 'ਤੇ ਇੱਕ ਬੱਚੀਆਂ ਆਉਂਦਾ ਕਿ ਜਿਹੜੇ ਐਡਲਸੈਂਟ ਗਰਲਜ਼ ਨੇ ਜਾਂ ਜਿਹੜੀਆਂ ਮਾਈਨਰ ਗਰਲਜ਼ ਨੇ ਜਿਹੜੀਆਂ ਬਿਲੋ 18 ਨੇ, ਉਹਨਾਂ ਦੀ ਕਨਵਰਜ਼ਨ 'ਤੇ ਗੱਲ ਹੁੰਦੀ ਹੈ। ਸੋ ਯੈਸ, ਜੋ ਵੀ ਇਸ ਤਰ੍ਹਾਂ ਦੇ ਚੈਲੇਂਜਸ ਆਣਗੇ, ਜੋ ਵੀ ਕਮਿਊਨਿਟੀ ਸਾਡੀ ਇਸ ਇਸ਼ੂ ਨੂੰ ਹਾਈਲਾਈਟ ਕਰੇਗੀ, ਇਟ ਵੁੱਡ ਬੀ ਅ ਬਿਟ ਚੈਲੇਂਜਿੰਗ, ਬਟ ਆਈ ਐਮ ਰੈਡੀ ਟੂ ਐਕਸੈਪਟ ਦੈਟ ਚੈਲੇਂਜ ਔਰ ਅਸੀਂ ਇਸ 'ਤੇ ਕੰਮ ਕਰਾਂਗੇ ਔਰ ਦੇਖਾਂਗੇ ਅਸੀਂ ਪਾਕਿਸਤਾਨ ਦੇ ਵਿੱਚ ਕਿਸ ਤਰੀਕੇ ਨਾਲ ਕੋ ਐਗਜ਼ਿਸਟੈਂਸ ਦੀ ਫਜ਼ਾ ਨੂੰ ਫਰੋਗ ਦੇ ਸਕਦੇ ਹਾਂ, ਤਾਂ ਕਿ ਪਾਕਿਸਤਾਨ 'ਚ ਵਸਣ ਵਾਲਾ ਹਰ ਜਿਹੜਾ ਵਸਨੀਕ ਹੈ ਉਹ ਆਪਣੇ ਆਪ ਨੂੰ ਸੇਫ, ਸਿਕਿਓਰ ਕੰਸੀਡਰ ਕਰੇ ਔਰ ਸਮਝੇ ਔਰ ਉਸਨੂੰ ਉਸ ਤਰੀਕੇ ਦਾ ਮਾਹੌਲ ਦਿੱਤਾ ਜਾਏ।